ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਇਸ ਵੇਲੇ ਅਸੀਂ ਖੜ੍ਹੇ ਹਾਂ ਬੰਗਾ 2 ਮੁਕੰਦਪੁਰ ਰੋਡ 'ਤੇ, ਅਤੇ ਇੱਥੇ ਗੁਣਾਚੌਰ ਪਿੰਡ ਹੈ ਅਤੇ ਉਹਦੇ ਨਾਲ ਹੀ ਮਜਾਰਾ ਨੌਵਾਦ ਪਿੰਡ ਹੈ, ਜਿੱਥੇ ਦਾ ਇੱਕ ਬਹੁਤ ਹੀ ਫੇਮਸ ਗੁਰਦੁਆਰਾ ਰਾਜਾ ਸਾਹਿਬ ਜੀ ਮਜਾਰਾ। ਅੱਜ ਤੁਹਾਨੂੰ ਆਪਾਂ ਉੱਥੇ ਦੇ ਦਰਸ਼ਨ ਕਰਾਵਾਂਗੇ, ਅਤੇ ਇਹ ਗੁਰਦੁਆਰਾ ਬਹੁਤ ਹੀ ਫੇਮਸ ਹੈ ਅਤੇ ਲੋਕ ਇੱਥੋਂ ਦੂਰ ਦੂਰ ਤੋਂ ਦਰਸ਼ਨ ਕਰਨ ਆਉਂਦੇ ਨੇ, ਅਤੇ ਅੱਜ ਆਪਾਂ ਤੁਹਾਨੂੰ ਵੀ ਇਹਦੇ ਦਰਸ਼ਨ ਕਰਾਉਂਦੇ ਹਾਂ। ਅਤੇ ਬੰਗਾ 2 ਮੁਕੰਦਪੁਰ ਰੋਡ ਤੋਂ ਗੁਣਾਚੌਰ ਪਿੰਡ ਦੀ ਦੂਰੀ ਹੈ 1 ਕਿਲੋਮੀਟਰ ਦੀ, ਅਤੇ ਉਹ ਤੋਂ ਅੱਗੇ 1 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਹੈ ਮਜਾਰਾ ਨੌਵਾਦ। ਅਤੇ ਸਭ ਤੋਂ ਪਹਿਲਾਂ ਪਿੰਡ ਐਂਟਰ ਹੋਣ ਤੋਂ ਪਹਿਲਾਂ ਹੀ ਗੁਰਦੁਆਰਾ ਰਾਜਾ ਸਾਹਿਬ ਜੀ ਦੇ ਮਜਾਰਾ ਦੇ ਦਰਸ਼ਨ ਤੁਹਾਨੂੰ ਹੋ ਜਾਂਦੇ ਨੇ। ਅਤੇ ਇਹ ਜਿਹੜਾ ਤੁਸੀਂ ਹੁਣ ਪਿੰਡ ਦੇਖ ਰਹੇ ਹੋ ਇਹ ਹੈ ਗੁਣਾਚੌਰ, ਇਹ ਵੀ ਬਹੁਤ ਸੋਹਣਾ ਪਿੰਡ ਹੈ, ਜਲਦੀ ਆਪਾਂ ਇਹਦੀ ਵੀ ਇੱਕ ਵੀਡੀਓ ਬਣਾਵਾਂਗੇ। ਅਤੇ ਪਿੰਡ ਐਂਟਰ ਕਰਦਿਆਂ ਸਾਰ ਹੀ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਈ ਦੇਵੇਗਾ ਤਪ ਸਥਾਨ ਰਾਜਾ ਸਾਹਿਬ ਜੀ, ਅਤੇ ਇਹਦੇ ਤੋਂ ਕੁਝ ਹੀ ਕਦਮਾਂ ਦੀ ਦੂਰੀ 'ਤੇ ਹੈ ਗੁਰਦੁਆਰਾ ਰਾਜਾ ਸਾਹਿਬ ਜੀ। ਅਸੀਂ ਪਹੁੰਚ ਚੁੱਕੇ ਹਾਂ ਰਾਜਾ ਸਾਹਿਬ ਜੀ ਦੇ ਗੁਰਦੁਆਰੇ, ਅਤੇ ਤੁਹਾਨੂੰ ਅੰਦਰੋਂ ਹੁਣ ਦਰਸ਼ਨ ਕਰਾਉਂਦੇ ਹਾਂ। ਇੱਥੇ ਹਰ ਐਤਵਾਰ ਨੂੰ ਬਹੁਤ ਹੀ ਭਾਰੀ ਮੇਲਾ ਵੀ ਲੱਗਦਾ ਹੈ।
ਅਤੇ ਰਾਜਾ ਸਾਹਿਬ ਜੀ ਦੇ ਗੁਰਦੁਆਰੇ ਦੇ ਨਾਲ ਹੀ ਹੈ ਰਾਜਾ ਸਾਹਿਬ ਚੈਰੀਟੇਬਲ ਹੋਸਪਿਟਲ, ਅਤੇ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ, ਅਤੇ ਉਹਦੇ ਬਾਅਦ ਵਿੱਚ ਆਪਾਂ ਥੋੜ੍ਹਾ ਪਿੰਡ ਵੀ ਘੁਮਾਵਾਂਗੇ ਤੁਹਾਨੂੰ। ਜਾਰਾ ਨੌ ਆਬਾਦ ਪਿੰਡ ਬਹੁਤ ਹੀ ਸੋਹਣਾ ਛੋਟਾ ਜਿਹਾ ਪਿੰਡ ਹੈ, ਅਤੇ ਸਭ ਨਾਲੋਂ ਵੱਡੀ ਗੱਲ ਇੱਥੇ ਇਹ ਹੈ ਕਿ ਗਲੀਆਂ ਪੂਰੀਆਂ ਇੰਟਰਲੋਕ ਟਾਈਲਸ ਦੇ ਨਾਲ ਬਣੀਆਂ ਹੋਈਆਂ ਨੇ, ਅਤੇ ਸੀਵਰੇਜ ਵੀ ਪਏ ਹੋਏ ਨੇ, ਜੋ ਕਿ ਇੱਕ ਬਹੁਤ ਹੀ ਵਧੀਆ ਗੱਲ ਹੈ। ਇਹ ਹੁਣ ਤੁਸੀਂ ਸਾਹਮਣੇ ਦੇਖ ਰਹੇ ਹੋ ਪਿੰਡ ਦੀ ਸੱਥ। ਅਤੇ ਸਾਹਮਣੇ ਜਿਹੜਾ ਹੁਣ ਤੁਸੀਂ ਧਾਰਮਿਕ ਸਥਾਨ ਦੇਖ ਰਹੇ ਹੋ, ਇਹਦਾ ਨਾਮ ਹੈ ਬਾਬਾ ਸ਼ਾਮ ਰੂਪ ਜੀ। ਅਤੇ ਸਾਹਮਣੇ ਹੁਣ ਤੁਸੀਂ ਦੇਖ ਰਹੇ ਹੋ ਦਰਗਾਹ ਸਾਈ ਗੁਲਾਮ ਮੁਹੰਮਦ ਸ਼ਾਹ ਜੀ। ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਇੱਦਾਂ ਦੀਆਂ ਹੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।